ਅਜੀ ਦੋਸਤੋ ਪੰਜਾਬ ਦੇ ਗਰੀਬ ਪਰਿਵਾਰਾਂ ਦੇ ਬੱਚਿਆਂ ਵਾਸਤੇ ਇੱਕ ਵੱਡੀ ਖੁਸ਼ਖਬਰੀ ਆ ਚੁੱਕੀ ਆ। ਦੋ ਕਿਸ਼ਤਾਂ ਵਿੱਚ ਮਿਲਣਗੇ ਪੈਸੇ, ਪਹਿਲੀ ਕਿਸ਼ਤ ਵਿੱਚ 10,000, ਦੂਜੀ ਕਿਸ਼ਤ ਵਿੱਚ 5,000 ਰੁਪਏ ਸਰਕਾਰ ਦੇਵੇਗੀ। ਅਗਰ ਤੁਸੀਂ ਵੀ ਇਹਨਾਂ ਸਰਕਾਰੀ ਸਹੂਲਤਾਂ ਦਾ ਲਾਭ ਲੈਣਾ ਚਾਹੁੰਦੇ ਹੋ, ਤੁਸੀਂ ਵੀ ਗਰੀਬ ਜਾਂ ਆਮ ਪਰਿਵਾਰ ਨਾਲ ਸੰਬੰਧਿਤ ਹੋ, ਤੁਸੀਂ ਵੀ ਇਹ ਸਹੂਲਤ ਦਾ ਲਾਭ ਲੈਣਾ ਚਾਹੁੰਦੇ ਹੋ, ਤਾਂ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕੁਐਸਟ ਆ, ਚਲਦੀ ਚਲਦੀ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਤੋਂ ਬਾਅਦ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਕਿਉਂਕਿ ਅਸੀਂ ਹਰ ਰੋਜ਼ ਤੁਹਾਡੇ ਲਈ ਨਵੇਂ ਨਵੇਂ ਸਰਕਾਰੀ ਨੌਕਰੀਆਂ ਅਤੇ ਸਰਕਾਰੀ ਸਹੂਲਤਾਂ ਦੀ ਜਾਣਕਾਰੀ ਸਭ ਤੋਂ ਪਹਿਲਾਂ ਸਹੀ ਅਤੇ ਫ੍ਰੀ ਦੇ ਵਿੱਚ ਲੈ ਕੇ ਆਉਂਦੇ ਰਹਿੰਦੇ ਹਾਂ। ਤੁਸੀਂ ਸਾਡੇ ਵਟਸਐਪ ਟੈਲੀਗ੍ਰਾਮ ਗਰੁੱਪ ਨੂੰ ਵੀ ਜੁਆਇਨ ਕਰ ਸਕਦੇ ਹੋ, ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ। ਚਲੋ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਅਸੀਂ ਅੱਜ ਦੀ ਮੇਨ ਅਪਡੇਟ ਦੇ ਉੱਪਰ। ਆਪਾਂ ਅਪਡੇਟ ਦੇ ਉੱਪਰ ਆ ਚੁੱਕੇ ਹਾਂ। ਤੁਸੀਂ ਦੇਖ ਸਕਦੇ ਹੋ ਮੈਰਿਟ ਕਮ ਮੀਨਸ ਵੇਸਟ ਸਕੋਲਰਸ਼ਿਪ ਫੋਰ ਮਨਿਓਰਟੀ ਕਮਿਊਨਿਟੀ ਸਕੀਮ ਦੇ ਵਿੱਚ ਪੰਜਾਬ ਦੇ ਗਰੀਬ ਅਤੇ ਘੱਟ ਗਿਣਤੀ ਨਾਲ ਸੰਬੰਧਿਤ ਜਿਹੜੇ ਵਿਦਿਆਰਥੀ ਪੜ੍ਹਨਾ ਚਾਹੁੰਦੇ ਨੇ ਜਾਂ ਪੜ੍ਹ ਰਹੇ ਨੇ, ਸਰਕਾਰ ਉਹਨਾਂ ਨੂੰ ਜਿਹੜਾ ਵੱਡੀ ਸਹੂਲਤ ਦੇ ਰਹੀ, ਤੁਹਾਨੂੰ ਵੀਡੀਓ ਵਿੱਚ ਪੂਰੀ ਜਾਣਕਾਰੀ ਦਿਆਂਗੇ। ਤੁਸੀਂ ਦੇਖ ਸਕਦੇ ਹੋ ਕਿ ਘੱਟ ਗਿਣਤੀ ਵਰਗ ਨਾਲ ਵਰਗ ਲਈ ਜਿਹੜੇ ਇਸ ਸਕੀਮ ਅਧੀਨ ਸਰਕਾਰੀ ਅਤੇ ਪ੍ਰਾਈਵੇਟ ਕਾਲਜਾਂ ਯੂਨੀਵਰਸਿਟੀਆਂ ਵਿੱਚ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਵਿੱਚ ਪੜ੍ਹ ਰਹੇ ਗਰੀਬ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਸਕੋਲਰਸ਼ਿਪ ਦਿੱਤੀ ਜਾਂਦੀ ਹੈ। ਜਿਹੜੇ ਵਿਦਿਆਰਥੀ ਪੜ੍ਹ ਰਹੇ ਨੇ, ਠੀਕ ਹੈ, ਜਾਂ ਗ੍ਰੈਜੂਏਸ਼ਨ ਕਰ ਰਹੇ ਜਾਂ ਪੋਸਟ ਗ੍ਰੈਜੂਏਸ਼ਨ ਕਰ ਰਹੇ ਨੇ, ਸਰਕਾਰ ਦੇ ਵੱਲੋਂ ਉਹਨਾਂ ਨੂੰ ਜਿਹੜੀ ਸਕੋਲਰਸ਼ਿਪ ਦਿੱਤੀ ਜਾ ਰਹੀ ਹੈ, ਇਸ ਸਕੀਮ ਦੇ ਤਹਿਤ ਸਰਕਾਰ ਦੇ ਵੱਲੋਂ ਟੈਕਨੀਕਲ ਅਤੇ ਪ੍ਰੋਫੈਸ਼ਨਲ ਕੋਰਸਾਂ ਲਈ ਵੀ ਦਾਖਲੇ ਲਈ ਜਿਹੜੇ ਵਿਦਿਆਰਥੀਆਂ ਦੀ ਫੀਸ, ਜੋ ਕਿ ਉਹਨਾਂ ਦੀ ਫੀਸ 20,000 ਜਾਂ ਅਸਲ ਫੀਸ ਤੋਂ ਵੀ ਘੱਟ ਹੋਵੇ, ਉਹਨਾਂ ਨੂੰ ਮੈਂਟੇਨੈਂਸ ਅਲਾਉਂਸ ਅਤੇ ਹੋਸਟਲ ਲਈ 10,000 ਰੁਪਏ ਅਤੇ ਡੇ ਸਕਾਲਰ ਲਈ ਜਿਹੜਾ 5,000 ਰੁਪਏ ਸਿੱਧੀ ਅਦਾਇਗੀ ਉਹਨਾਂ ਦੇ ਖਾਤੇ ਵਿੱਚ ਕੀਤੀ ਜਾਵੇਗੀ। ਠੀਕ ਹੈ, ਉਹਨਾਂ ਦਾ ਹੋਸਟਲ ਖਰਚਾ ਅਤੇ ਹੋਰ ਪੜ੍ਹਨ ਦੇ ਖਰਚੇ ਦੀ ਇਹਨਾਂ ਨੂੰ 10,000 ਦੀ ਪਹਿਲੀ ਕਿਸ਼ਤ ਅਤੇ ਦੂਜੀ ਕਿਸ਼ਤ ਵਿੱਚ ਉਹਨਾਂ ਨੂੰ 5,000 ਰੁਪਏ ਸਿੱਧਾ ਉਹਨਾਂ ਦੇ ਖਾਤੇ ਵਿੱਚ ਟ੍ਰਾਂਸਫਰ ਕੀਤਾ ਜਾਵੇਗਾ। ਠੀਕ ਹੈ ਜੀ, ਇਹਦੇ ਵਾਸਤੇ ਕੁਝ ਸ਼ਰਤਾਂ ਰੱਖੀਆਂ, ਤੁਹਾਨੂੰ ਵੀਡੀਓ ਵਿੱਚ ਪੂਰੀ ਜਾਣਕਾਰੀ ਦਿਆਂਗੇ, ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਬਣੇ ਰਹੋ। ਜਿਹੜੀਆਂ ਸ਼ਰਤਾਂ ਰੱਖੀਆਂ ਨੇ ਕਿ ਵਿਦਿਆਰਥੀ ਘੱਟ ਗਿਣਤੀ ਵਰਗ, ਮਤਲਬ ਮੁਸਲਿਮ, ਸਿੱਖ, ਈਸਾਈ, ਬੋਧੀ, ਪਾਰਸੀ, ਜੈਨ ਸੰਬੰਧਿਤ ਕਾਸਟ ਨਾਲ ਹੋਣਾ ਜ਼ਰੂਰੀ ਹੋਵੇਗਾ। ਜਿਹੜੀ ਉਹਦੀ ਸਾਲਾਨਾ ਆਮਦਨ, ਮਤਲਬ ਉਹਨਾਂ ਦੇ ਪਰਿਵਾਰ ਦੀ ਸਾਲਾਨਾ ਆਮਦਨ 2.5 ਲੱਖ ਤੋਂ ਘੱਟ ਹੋਣੀ ਜ਼ਰੂਰੀ ਹੋਵੇਗੀ। ਜਿਹੜੀ ਉਹਨੇ ਪਿਛਲੀ ਕਲਾਸ ਪਾਸ ਕੀਤੀ ਆ, ਉਹਦੇ ਵਿੱਚ ਇਹ ਨੰਬਰ 50% ਤੋਂ ਉੱਪਰ ਹੋਣੇ ਜ਼ਰੂਰੀ ਹੋਣੇ। ਕੋਈ ਵੀ ਉਹਨਾਂ ਨੇ ਉਸ ਤੋਂ ਪਿਛਲੇ ਸਾਲ ਕੋਈ ਵੀ ਕੋਰਸ ਕੀਤਾ, ਡਿਪਲੋਮਾ, ਡਿਗਰੀ, ਜੋ ਵੀ ਕੀਤਾ, ਉਹਦੇ ਵਿੱਚ ਇਹ ਨੰਬਰ 50% ਤੋਂ ਜ਼ਿਆਦਾ ਹੋਣੇ ਜ਼ਰੂਰੀ ਹੋਣਗੇ। ਇੱਕ ਪਰਿਵਾਰ ਦੇ 2 ਬੱਚਿਆਂ ਨੂੰ ਹੀ ਜਿਹੜਾ ਲਾਭ ਪ੍ਰਾਪਤ ਕੀਤਾ ਜਾ ਸਕਦਾ। ਮਤਲਬ ਅਗਰ ਤੁਸੀਂ ਇੱਕ ਪਰਿਵਾਰ ਦੇ ਵਿੱਚ 3 ਬੱਚੇ ਹੋ ਤਾਂ ਪਹਿਲੇ 2 ਬੱਚਿਆਂ ਨੂੰ, ਕਿਸੇ ਵੀ 2 ਬੱਚਿਆਂ ਨੂੰ ਇਹਦਾ ਲਾਭ ਮਿਲ ਸਕਦਾ, 2 ਤੋਂ ਜ਼ਿਆਦਾ ਬੱਚਿਆਂ ਨੂੰ ਇਹਦਾ ਲਾਭ ਨਹੀਂ ਮਿਲੇਗਾ। ਤੁਹਾਨੂੰ ਕਿਹੜੇ ਕਿਹੜੇ ਡਾਕੂਮੈਂਟ ਜ਼ਰੂਰੀ ਚਾਹੀਦੇ ਉਹ ਵੀ ਤੁਸੀਂ ਦੇਖ ਸਕਦੇ ਹੋ। ਸਭ ਤੋਂ ਪਹਿਲਾਂ ਤੁਹਾਡਾ ਜਿਹੜਾ ਆਮਦਨ ਦਾ ਸਰਟੀਫਿਕੇਟ, ਫਿਰ ਤੁਹਾਡਾ ਜਿਹੜਾ ਸਵੈ ਤਸਦੀਕ ਕੀਤਾ ਹੋਇਆ ਕਮਿਊਨਿਟੀ ਸਰਟੀਫਿਕੇਟ, ਫਿਰ ਤੁਹਾਡੀ ਪਿਛਲੀ ਕਲਾਸ ਦਾ ਰਿਜ਼ਲਟ, ਤੁਹਾਡਾ ਆਧਾਰ ਕਾਰਡ, ਤੁਹਾਡਾ ਆਧਾਰ ਸੀਡਡ ਬੈਂਕ ਖਾਤਾ, ਮਤਲਬ ਤੁਹਾਡੇ ਆਧਾਰ ਨਾਲ ਜਿਹੜਾ ਲਿੰਕ ਖਾਤਾ ਉਹ ਤੁਹਾਨੂੰ ਖਾਤਾ ਦੇਣਾ ਪਵੇਗਾ, ਅਤੇ ਸੰਸਥਾ ਕਾਲਜ ਦੇ ਵੱਲੋਂ ਜਿਹੜਾ ਬੋਨੀਫਾਈਡ ਸਰਟੀਫਿਕੇਟ ਤੁਹਾਨੂੰ ਜਿਹੜਾ ਦੇਣਾ ਪਵੇਗਾ, ਸੰਸਥਾ ਕਾਲਜ ਦੇ ਵੱਲੋਂ ਬੋਨਾਫਾਈਡ ਸਰਟੀਫਿਕੇਟ ਤੁਹਾਨੂੰ ਦੇਣਾ ਪਵੇਗਾ। ਠੀਕ ਹੈ, ਇਸ ਨੂੰ ਤੁਸੀਂ ਜਮ੍ਹਾਂ ਕਿੱਥੇ ਕਰਵਾਉਣਾ ਹੋਵੇਗਾ? ਤੁਸੀਂ ਇਹ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਵਿੱਚ ਆਪਣਾ ਡਾਕੂਮੈਂਟ ਜਮ੍ਹਾਂ ਕਰਵਾਉਣੇ ਹੋਣਗੇ, ਫਿਰ ਤੁਹਾਨੂੰ ਸਰਕਾਰ ਦੇ ਵੱਲੋਂ ਜਿਹੜਾ ਇਹ ਪੂਰੀ ਫੀਸ ਤੁਹਾਡੇ ਖਾਤੇ ਵਿੱਚ ਪਾਈ ਜਾਵੇਗੀ, ਜਿਹਦੇ ਵਿੱਚ ਤੁਸੀਂ ਆਪਣੀ ਪੜ੍ਹਾਈ ਦਾ ਖਰਚਾ ਵਧੀਆ ਤਰੀਕੇ ਨਾਲ ਕੱਢ ਸਕਦੇ ਹੋ। ਅਗਰ ਤੁਹਾਡੇ ਮਨ ਦੇ ਵਿੱਚ ਇਸ ਸਕੀਮ ਸੰਬੰਧੀ ਕੋਈ ਹੋਰ ਸ਼ੱਕ ਸਵਾਲ ਹੈ ਤਾਂ ਮੈਨੂੰ ਕਮੈਂਟ ਬੋਕਸ ਵਿੱਚ ਆਪਣੇ ਸ਼ੱਕ ਸਵਾਲਾਂ ਦਾ ਜਵਾਬ ਲੈ ਸਕਦੇ ਹੋ। ਇਹੋ ਜਿਹੇ ਨਵੀਆਂ ਸਰਕਾਰੀ ਸਹੂਲਤਾਂ ਅਤੇ ਸਰਕਾਰੀ ਨੌਕਰੀਆਂ ਦੀ ਜਾਣਕਾਰੀ ਸਭ ਤੋਂ ਪਹਿਲਾਂ ਫ੍ਰੀ ਅਤੇ ਸਮੇਂ ਸਿਰ ਲੈਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਵੀਡੀਓ ਦੇਖਣ ਲਈ, ਵੀਡੀਓ ਸ਼ੇਅਰ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਾਏ ਬਾਏ, ਜੈ ਹਿੰਦ।